ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦਿਆਂ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ ਹੋਵੋਗੇ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਕੀਰਤਨ 'ਤੇ। ਲੋਕਲ ਹੀ ਹੈ, ਜਲੰਧਰ ਪਿੰਡ ਤਲਵਣ ਵਿਖੇ ਅੱਜ ਦਾ ਕੀਰਤਨ ਹੈ ਜੀ। ਅਤੇ ਬਸ ਹੋਰ ਅਸੀਂ 15-20 ਮਿੰਟ ਤੱਕ ਅਸੀਂ ਨਿਕਲ ਪੈਣਾ। ਅਤੇ ਮੈਂ ਅਜੇ ਡਰੈੱਸ ਆਪਣੀ ਪਾਉਣੀ ਹੈ, ਕੁੜਤਾ ਪਜਾਮਾ, ਅਤੇ ਪਾ ਕੇ ਫਿਰ ਅਸੀਂ ਨਿਕਲ ਜਾਣਾ ਜੀ। ਅਜੇ ਸਾਥੀਆਂ ਦੀ ਵੇਟ ਕਰ ਰਹੇ ਹਾਂ, ਉਹ ਵੀ ਆ ਜਾਣਗੇ 10-15 ਮਿੰਟ ਦੇ ਅੰਦਰ ਅੰਦਰ। ਅਤੇ ਪਿਛਲੇ ਵੀਡੀਓਜ਼ ਦੇ ਵਿੱਚ ਤੁਸੀਂ ਕਾਫੀ ਪਿਆਰ ਦਿੱਤਾ, ਖਾਸ ਕਰਕੇ ਮੈਨੂੰ ਥੋੜ੍ਹੇ ਜਿਹੇ ਮੈਸੇਜ ਆਏ ਵੀ ਜਿਹੜਾ ਸਾਡਾ ਡੌਗੀ ਹੈ ਔਡੀ, ਉਹਦੇ ਵੀਡੀਓਜ਼ ਵਿੱਚ ਜ਼ਰੂਰ ਲੈ ਲਿਆ ਕਰੋ। ਅਤੇ ਜਿੱਦਾਂ ਤੁਹਾਡਾ ਹੁਕਮ ਆਪਾਂ ਲੈ ਲਿਆ ਕਰਾਂਗੇ ਜੀ। ਇਸ ਟਾਈਮ ਇੱਥੇ ਤੁਰਿਆ ਫਿਰਦਾ, ਦਿਖਾਉਂਦਾ ਤੁਹਾਨੂੰ ਮੈਂ। ਅੜੀ ਅੜੀ ਅੜੀ, ਇਹ ਨਾ ਬਸ ਮੂੰਹ 'ਚ ਪਾਉਣ ਨੂੰ ਕਰਦਾ ਹੱਥ। ਅੜੀ 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 ਅੜੀ, ਇਹ ਬੜਾ ਤੇਜ਼ ਆ ਜੀ, ਬਹੁਤ ਤੇਜ਼ ਆ। ਦੇਖੋ ਦੇਖੋ ਦੇਖੋ, ਨੋ 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 ਨੋ, ਇੱਦਾਂ ਨਹੀਂ ਕਰੀਦਾ, ਹੈ ਨਾ। ਅੜੀ ਅੜੀ ਅੜੀ, ਆਦੇ 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 ਆਦੇ, ਹੱਥ ਮੂੰਹ 'ਚ ਪਾਉਣ ਨੂੰ ਕਰਦਾ ਬਸ, ਜਿਵੇਂ ਨਾ ਇਹਨੂੰ ਕੋਈ ਚੀਜ਼ ਖਾਣ ਨੂੰ ਮਿਲ ਗਈ ਨਾ, ਹੈ ਨਾ। ਅੜੀ, ਕੋਈ ਚੀਜ਼ ਖਾਣ ਨੂੰ ਮਿਲ ਗਈ ਤੈਨੂੰ, ਹੈਂ। ਚਲੋ ਜੀ, ਸੋ ਇਹ ਹੈ ਜੀ, ਮਨ ਲਾ ਕੇ ਰੱਖਦਾ ਜੀ ਕਾਫੀ। ਇੱਕ ਬਿਸਕਿਟ ਦਿੰਦੇ ਆ ਜੀ ਇਹਨੂੰ, ਹੁਣ ਦੇਖੋ, ਸਿੱਟ 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 ਸਿੱਟ, ਦੇਖ ਉਹ ਬਹਿ, ਉਹ ਭਰਾਵਾ ਬਹਿ ਜਾ। ਉਹ ਕਿੱਡਾ ਖੁਸ਼ ਹੁੰਦਾ ਬਿਸਕਿਟ ਲੈ ਕੇ, ਇਹ ਡੌਗੀਆਂ ਦਾ ਬਿਸਕਿਟ ਹੀ ਹੈ ਜੀ। ਚੱਕ ਲਾਇਆ, ਚੱਕ ਨਹੀਂ ਹੁੰਦਾ, ਉਹ ਗਿਆ, ਭੱਜ ਗਿਆ ਭੱਜ ਗਿਆ। ਖਾ ਲੈ ਖਾ ਲੈ, ਉਹ ਦੇ, ਆ ਆ ਰੱਸੀ ਰੱਸੀ ਵਿੱਚ ਇਹਦੀ ਜਾਨ ਹੈ, ਇਹਨੂੰ ਖਿੱਚਾਂਗੇ ਨਾ। ਆਹ ਦੇਖੋ, ਰੱਸੀ ਦੇ ਵਿੱਚ ਇਹਦੀ ਜਾਨ ਅੜੀ ਪਈ, ਜਾਨ। ਛੱਡਦੇ ਛੱਡਦੇ ਛੱਡਦੇ। ਸੋ ਜੀ, ਆ ਇੱਕ ਲਿਆ ਜੀ ਮੈਂ ਮੈਲੋਡੀਕਾ, ਇਹਨੂੰ ਕਹਿੰਦੇ ਮੈਲੋਡੀਕਾ। ਅੱਜ ਕੋਲੋਂ ਦਿਖਾਓ ਜੀ, ਇਹ ਮੂੰਹ ਨਾਲ ਵੱਜਦਾ, ਤੁਹਾਡੀ ਹਵਾ ਨਾਲ, ਤੁਹਾਡੀ ਜਿਹੜੀ ਫੂਕ ਨਾਲ, ਜੇ ਪੰਜਾਬੀ 'ਚ ਕਹੀਏ। ਤੁਸੀਂ, ਤੁਹਾਨੂੰ ਮੈਂ ਦਿਖਾਉਂਦਾ, ਆ ਹੈ ਜੀ, ਇਹ ਹੈ ਜੀ, ਕਿਹੜੀ ਕੰਪਨੀ ਹੈ, ਹੋਨਰ। ਇਹਨੂੰ ਆਪਾਂ ਖੋਲਦੇ ਹਾਂ, ਆਹ ਚੀਜ਼ ਬੜੀ ਪਿਆਰੀ ਹੈ, ਕੋਲ ਦਿਖਾਇਓ ਥੋੜ੍ਹਾ। ਦੇਖੋ ਜੀ, ਇਹ ਨਾਲ ਇਹਦੇ ਪਾਈਪ ਹੈ, ਇਹ ਇਹਨੂੰ ਕਰ ਦਿੰਦੇ ਹਾਂ ਸਾਈਡ 'ਤੇ, ਅਤੇ ਮੈਂ ਹੁਣ ਤੁਹਾਨੂੰ ਵਜਾ ਕੇ ਦਿਖਾਉਂਦਾ। ਇਹ ਪਾਈਪ ਲੱਗੇਗੀ ਇੱਥੇ, ਉੱਦਾਂ ਹੀ ਮੈਨੂੰ ਚਾਅ ਸੀਗਾ ਕਿ ਆ ਲਈਏ। ਇਹਦੇ ਨਾਲ ਨਾ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਆਪਾਂ ਇਹਨੂੰ ਮੂੰਹ ਦੇ ਨਾਲ ਜਦੋਂ ਆਪਾਂ ਵਜਾਉਂਦੇ ਹਾਂ ਨਾ, ਅਤੇ ਤੁਹਾਡੀ ਜਿਹੜੀ ਬ੍ਰੈਥ ਹੈ ਉਹ ਵੀ ਕੰਟਰੋਲਡ ਹੁੰਦੀ ਹੈ, ਅਤੇ ਜਦੋਂ ਤੁਸੀਂ ਗਾਉਂਦੇ ਹੋ ਉਦੋਂ ਤੁਹਾਡੀ ਜਿਹੜੀ ਬ੍ਰੈਥ ਹੈ ਉਹ ਹੋਰ ਲੰਬੀ ਹੁੰਦੀ ਹੈ ਜਦੋਂ ਤੁਸੀਂ ਇੱਦਾਂ ਦੀ ਚੀਜ਼ਾਂ ਯੂਜ਼ ਕਰਦੇ ਹੋ। ਦੇਖਦੇ ਹਾਂ ਟਰਾਈ ਕਰਕੇ,
ਇਹਨੂੰ ਮੂੰਹ 'ਚ ਪਾਵਾਂਗੇ। ਚਲੋ ਜੀ, ਮੁੰਡੇ ਵੀ ਆ ਗਏ ਨੇ, ਆਪਾਂ ਚੱਲਦੇ ਹਾਂ। ਸੋ ਜੀ, ਅਮਨਜੋਤ ਜੀ ਆ ਚੁੱਕੇ ਹੋਏ ਨੇ ਆਪਣੇ ਸਹੁਰਿਆਂ ਪਰਿਵਾਰਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ। ਸਹੁਰਿਆਂ ਨਹੀਂ, ਪਰਿਵਾਰਾਂ ਤੋਂ, ਮਤਲਬ ਮਾਰਾ ਪਾਸ ਕਰੋ ਯਾਰ, ਸਹੁਰਾ ਪਰਿਵਾਰ ਪਾਸ ਕਰੋ ਪਾਸ। ਉਹ ਸੰਗਤ ਨੇ ਵਲੌਗ ਵੀ ਬੜਾ ਪਸੰਦ ਕੀਤਾ। ਨਹੀਂ, ਮਜ਼ਾਕ ਕਰ ਰਿਹਾ, ਬੜਾ ਪਿਆਰ ਦਿੱਤਾ ਤੁਸੀਂ। ਪਿਆਰ ਦੇਣਾ ਹੀ ਆ ਮਹਾਰਾਜ, ਦੱਸੋ ਪਿਆਰ ਹੁੰਦਾ ਦੇਣ ਵਾਸਤੇ। ਪਿਆਰੀ ਆ ਅਗਲੇ ਕੀਰਤਨ ਤੇ ਜਾਣ ਦੀ। ਬਾਕੀ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ, ਤੁਹਾਨੂੰ ਦੱਸਤਾ ਜੀ? ਪਿੰਡ ਤਲਵਣ ਜਾ ਚੱਲੇ ਹਾਂ ਜੀ, ਅਤੇ ਆਓ ਚੱਲਦੇ ਹਾਂ। ਉਹ ਹੈਗਾ ਨਾ ਬੈਗ ਦੂਜਾ? ਹਾਂਜੀ, ਚਲੋ ਜੀ, ਆ ਵੀ ਨਾਲ ਲੈ ਚੱਲੇ ਹਾਂ ਜੀ ਆਪਣੀ ਛੋਟਾ ਫੂਕਣਾ ਵਾਜਾ। ਫੂਕਣਾ ਵਾਜਾ ਸਟੇਜ ਤੇ ਨਹੀਂ ਵਜਾ ਸਕਦੇ, ਫਿਰ ਅਸੀਂ ਗਾ ਨਹੀਂ ਸਕਦੇ, ਫਿਰ ਜੇ ਇਹਨੂੰ ਵਜਾਉਣਾ ਪਏ। ਫੂਕਣਾ ਵਾਜਾ ਇਹਦਾ ਨਾਮ ਰੱਖਿਆ ਜੀ ਆਪਾਂ। ਉੱਦਾਂ ਮੈਲੋਡਿਕਾ ਕਹਿੰਦੇ ਇਹਨੂੰ, ਪਰ ਪੰਜਾਬੀ ਦੇ ਵਿੱਚ ਨਾ ਸਾਰੇ ਨਾ ਉਹ ਥੋੜ੍ਹਾ ਜਿਹਾ ਦੇਸੀ ਜਿਹਾ ਨਾਮ ਰੱਖਦੇ ਹਨ, ਇਸ ਲਈ ਆਪਾਂ ਵੀ ਰੱਖ ਲਿਆ ਇਹਦਾ ਨਾਮ ਫੂਕਣਾ ਵਾਜਾ। ਚਲੋ ਜੀ, ਨਿਕਲ ਪਏ ਹੋਏ ਹਾਂ ਜੀ ਅਸੀਂ, ਅਤੇ ਮਹਾਰਾਜ ਦੀ ਕਿਰਪਾ ਨਾਲ ਚੱਲਦੇ ਹਾਂ। ਇੱਥੋਂ ਕਿੰਨਾ ਟਾਈਮ ਲੱਗੇਗਾ? ਇੱਕ ਘੰਟਾ। ਅੱਛਾ, ਇੱਕ ਘੰਟਾ ਲੱਗ ਜਾਏਗਾ? ਇੱਕ ਘੰਟਾ ਲੱਗ ਜਾਏਗਾ ਜੀ। ਉਹ ਜੀ ਆ ਗਏ ਆ ਜੀ ਸਿੰਘ ਲੈਣ ਸਾਨੂੰ। ਚਲੋ ਜੀ ਮਹਾਰਾਜ, ਪਹੁੰਚ ਗਏ ਆ ਜੀ ਅਸੀਂ ਪਿੰਡ ਤਲਵਣ, ਤੇ ਪ੍ਰਬੰਧਕ ਵੀਰ ਆਏ ਨੇ ਲੈਣ ਲਈ, ਤੇ ਆਪਾਂ ਉਹਨਾਂ ਦੇ ਪਿੱਛੇ ਪਿੱਛੇ ਚੱਲਦੇ ਹਾਂ। ਚਲੋ ਸਾਰਥੀ ਜੀ। ਚਲੋ ਜੀ ਮਹਾਰਾਜ, ਚਲੋ। ਅਮਰਜੀਤ ਸਾਰਥੀ ਸਾਡੇ ਰੱਥ ਚਾਲਕ। ਵਾਹ ਵਾਹ, ਕੀ ਉਹਨੂੰ ਆਪਾਂ ਕੁਛ ਕਿਸੇ ਮਹਾਂਪੁਰਸ਼ਾਂ ਦਾ ਸਥਾਨ ਸੀਗਾ ਜਿਹੜਾ, ਲੋਕੇਸ਼ਨ ਹੁੰਦਾ ਨਹੀਂ ਹੈ। ਲਓ ਜੀ, ਪਹੁੰਚ ਗਏ ਹਾਂ ਜੀ। ਲਓ ਜੀ, ਬੜਾ ਸੋਹਣਾ ਸਥਾਨ ਬਣਿਆ, ਅਤੇ ਇੱਥੇ ਅਸੀਂ ਅੱਜ ਗੁਰੂ ਗੁਰੂ ਫੇਰ ਕਰਾਂਗੇ, ਅਤੇ ਕੀਰਤਨ ਦਾ ਆਨੰਦ ਲਵਾਂਗੇ ਜੀ। ਆਓ ਲੈ ਚੱਲੀਏ ਜੀ। ਤਾਂ ਵਾਹ ਵਾਹ, ਕਿਆ ਬਾਤ ਹੈ,
ਉਹਨਾਂ ਦੇ ਬੈਠਣ ਦਾ ਅਰੇਂਜਮੈਂਟ ਕੀਤਾ ਹੈ। ਸੋ ਬਾਹਰ ਨਾ ਘੁੰਮੋ, ਆਪਣਾ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਸਜਣ ਸਕਣ ਸਕਣ। ਸੋ ਦੁਬਾਰਾ ਨੌਜਵਾਨ ਵੀਰਾਂ ਨੂੰ ਬੇਨਤੀ ਹੈ, ਪਿਛਲੇ ਕਈ ਰੋਜ਼ਾਂ ਤੋਂ ਅਨਾਊਂਸ ਕੀਤਾ ਬੇਨਤੀਆਂ ਕਰਕੇ ਖਿਮਾ ਦਾ ਜਾਂਚ ਹੋ ਜਾਣਾ ਹੈ। ਇੱਕ ਤਾਂ ਜ਼ਰੂਰੀ ਬੇਨਤੀ ਹੈ, ਜਿਹੜੇ ਨੌਜਵਾਨ ਵੀਰ ਬਾਹਰ ਖੜ੍ਹੇ ਨੇ ਉਹਨਾਂ ਨੂੰ ਬੜੀ ਨਿਮਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਨੇਰੇ 'ਚ ਤਾਂ ਲਾਈਟ ਹੀ ਚੱਲ ਜਾਂਦੀ ਕੈਮਰੇ, ਨਹੀਂ ਕੋਈ ਨਹੀਂ, ਮਾੜੀ ਮੋਟੀ ਆ ਰਹੀ ਹੈ। ਚਲੋ ਜੀ, ਪਹੁੰਚ ਗਏ ਹਾਂ ਜੀ ਘਰ, ਅਤੇ ਮਹਾਰਾਜ ਦੀ ਕਿਰਪਾ ਨਾਲ ਅਤੇ ਵਲੋਗ ਦੀ ਕਰਦੇ ਹਾਂ ਸਮਾਪਤੀ, ਅਤੇ ਫਿਰ ਜਲਦੀ ਆਪ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਡੀ